ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ, ਮੇਰੀ ਇੱਕ ਗੱਲ ਸੁਣਦਾ ਜਾਵੀਂ। ਮੈਂ ਨਿਮਾਣਾ ਅਤੇ ਨਿਤਾਣਾ, ਮੇਰੀ ਉੱਥੇ ਗੱਲ ਪੁਚਾਵੀਂ। ਜਿਉਂਦਿਆਂ ਜੀ ਜੇ ਆਨਾ ਹੋਇਆ, ਮਰ ਕੇ ਰੂਹ ਬਣ ਆਵਾਂਗਾ ਫਿਰ ਤੇਰੇ ਦਰਬਾਰ ਦੇ ਬਾਬਾ, ਰੱਜ ਕੇ ਦਰਸ਼ਨ ਪਾਵਾਂਗਾ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ। ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ। ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਵੰਡਿਆ ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮੇਂ ਦੇ ਹਾਕਮਾਂ ਨੂੰ ਕਿੱਥੋਂ ਮਿਲੂ ਢੋ, ਕਾਦਾ ਵੰਡਿਆ ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮੇਂ ਦੇ ਹਾਕਮਾਂ ਨੂੰ ਕਿੱਥੋਂ ਮਿਲੂ ਢੋ, ਬਹਾਦੂਰੀਆਂ ਦੇ ਲੱਚ ਦੂਰ ਭੱਜ ਗਏ, ਬਹਾਦੂਰੀਆਂ ਦੇ ਲੱਚ ਦੂਰ ਭੱਜ ਗਏ ਜੀ। ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ। ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਜਦੋਂ ਵੀ ਤੁਰ ਅੰਦਰੋਂ ਕਰਨਾ ਦੀਦਾਰ ਲੋਚਦੀ, ਉਹਦੇ ਦਰ ਦਾ ਫਕੀਰ ਹੋ ਜਾਵਾ, ਜਿੰਦ ਮੇਰੀ ਇਹੋ ਲੋਚਦੀ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਦੀਦਾਰ ਪਾਉਂਦੇ ਰੱਜ ਰੱਜ ਕੇ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ। ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦੁਆਲੇ ਵਿੱਚ ਜਾਵਾਂ ਮੈਂ ਕਾਂ ਵਾਲੀ ਸੱਪ ਬਣ ਕੇ, ਰਹਿਣ ਲੰਘਦੀਆਂ ਸੰਗਤਾਂ ਪਿਆਰੀਆਂ, ਦੇਖੀ ਜਾਵਾਂ ਜੀ ਭਰ ਕੇ, ਦੇਖੀ ਜਾਵਾਂ ਜੀ ਭਰ ਕੇ। ਧੂੜ ਬਣਾ ਤੇਰੇ ਕਦਮਾਂ ਦੀ ਸ਼ਹਿਨਸ਼ਾਹ, ਧੂੜ ਬਣਾ ਤੇਰੇ ਕਦਮਾਂ ਦੀ ਸ਼ਹਿਨਸ਼ਾਹ, ਔਦ ਮੇਰੀ ਇੰਜ ਲੰਘ ਜੇ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਵਸਦਾ ਪੰਜਾਬ ਦੇਸ਼ ਮੇਰਾ, ਤੇਰੇ ਦਰੋਂ ਦੂਰ ਹੋ ਗਿਆ, ਤੇਰੇ ਦਰੋਂ ਦੂਰ ਹੋ ਗਿਆ। ਜਾ ਆਉਣ ਦਾ ਜਦੋਂ ਵੀ ਕਦੇ ਉੱਠਿਆ,
पला चक चूर हो गया हो गया, पला चक चूर हो गया। है चिर तो तमन्ना चले दीप दी, है चिर तो तमन्ना चले दीप दी। पंड वाली कंध डिग दे, दिल करे ननकाने मेरा जान नू। हद्दा उत्ते पैर लग गए लग गए, दिल करे ननकाने मेरा जान नू। हद्दा उत्ते पैर लग गए लग गए। पंजाब वंडे पानिया दे मो, उना समय दिया हाकमा नू कित्थो मिलू टो। कादा वंडिया पंजाब वंडे पानिया दे मो, उना समय दिया हाकमा नू कित्थो मिलू टो। पा दूरिया दिला च दूर भज गए, पा दूरिया दिला च दूर भज गए जी। हद्दा उत्ते पैर लग गए, दिल करे ननकाने मेरा जान नू। हद्दा उत्ते पैर लग गए लग गए, दिल करे ननकाने मेरा जान नू। हद्दा उत्ते पैर लग गए लग गए, ते गुरु प्यारे हो। आज एक ऐसी तड़प, ऐसी मांग, जिड़ा गुरु दा प्यारा है ना, गुरु दा सिख है, गुरु नानक दा सेवक है, उदे मन दी ए मांग है, ए तड़प है भी मैं अपने गुरु दे धन गुरु नानक देव पातशाह जी दी पवित्र जन्म भूमि जन्म अस्थान श्री ननकाना साहब जी दे जाके दर्शन करा। ते गुरु प्यारे हो, पर ऐसा समा बनया के जेड़ा देश एक सी वो दो टोटे हो गया, ते ऐसे करके आज हर एक सिख अरदास दे विच आखदा है कि हे सतगुरु श्री ननकाना साहब समेत जिन्ना पावन पवित्र गुरुद्वारियां गुरुधामां तों खालसा पंथ नूं विछोड़िया गया है ना, उन्हां दे खुले दर्शन दिदारे खालसा पंथ नूं बख्शो। हर एक सिख हर एक अरदास विच ए आख्या जांदा है, बेनती कीती जांदी है। ते गुरु प्यारेओ, ओ गुरु दा प्यारा कहिंदा है कि हे नानक, हे मेरे पातशाह, मैनू तू इन्नी वड्याई बख्श दे, इन्ना ही माण बख्श दे भी जेड़ियां तेरे दर दे दर्शन करन वास्ते संगतां जांदियां ने, मैं उन्हां दे चरणां विच घा वाली सफ बन के विच जावां, जिथों तेरियां संगतां लंघण ते मैं घा वाली सफ बन के तेरियां संगतां दे दर्शन कर लवां, ते उन्हां संगतां विचों मैनू तेरे दर्शन हो जाणे ने। ते गुरु प्यारियो, ऐसा ओ गुरु दा प्यारा, पर आज हर एक सिख दे ए मन दी इच्छा भी ननकाना साहब दे दर्शन कीते जान, क्योंकि गुरु प्यारियो एक कवि ने अपनी कलम दे नाल क्यों लिखिया है, ओ लिखदा है भी कादा वंडिया पंजाब वंडे पानिया दे मो, ओना समें दिया हाकमा नू कित्थों मिलू ढो। पा दूरियां दिलां च दूर भज गए,
ਹੱਦਾਂ ਉੱਤੇ ਪਹਿਰੇ ਲੱਗ ਗਏ ਤੇ ਉਹ ਗੁਰੂ ਨਾਨਕ ਦਾ ਦਰ ਉਹ ਮੇਰੇ ਪਾਤਸ਼ਾਹ ਦਾ ਪਵਿੱਤਰ ਦੁਆਰਾ ਜਿੱਥੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ। ਕਲਯੁਗ ਦੇ ਤਾਰਨ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਜ਼ਾਲਮਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਤੇ ਗੁਰੂ ਪਿਆਰਿਓ ਉਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਨਾ, ਮਹਿਤਾ ਕਾਲੂ ਜੀ ਦੇ ਘਰ ਤੇ ਗੁਰੂ ਪਿਆਰਿਓ ਉਦੋਂ ਚਾਰੇ ਪਾਸੇ ਕੂੜ ਦਾ ਹਨੇਰਾ ਸੀ, ਚਾਰੇ ਪਾਸੇ ਐਸਾ ਹਨੇਰਾ ਸੀ ਕਿ ਜੋ ਸੱਚ ਸੀ ਨਾ ਉਹ ਖੰਭ ਲਾ ਕੇ ਪਰ ਲਾ ਕੇ ਉੱਡ ਚੁੱਕਿਆ ਸੀ ਤੇ ਗੁਰੂ ਪਿਆਰਿਓ ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਹੋਇਆ, ਦਿਨ ਚੜ੍ਹਿਆ ਤੇ ਗੁਰੂ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ ਜਿਹੜਾ ਪਾਂਧਾ ਸੀ ਨਾ ਹਰਦਿਆਲ ਉਹਦੇ ਘਰ ਗਏ, ਆਖਿਆ ਕਿ ਪਾਂਧਾ ਜੀ ਸਾਡੇ ਘਰ ਬਾਲਕ ਨੇ ਜਨਮ ਲਿਆ, ਤੁਸੀਂ ਉਹਦੀ ਜਨਮ ਪੱਤਰੀ ਤਿਆਰ ਕਰੋ, ਉਹਦਾ ਨਾਮ ਰੱਖੋ। ਤੇ ਪੰਡਿਤ ਹਰਦਿਆਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਗਿਆ ਤੇ ਕਹਿੰਦਾ ਵੀ ਦਾਈ ਨੂੰ ਬੁਲਾਓ। ਦਾਈ ਨੂੰ ਪੁੱਛਿਆ ਵੀ ਜਦੋਂ ਇਸ ਬਾਲਕ ਦਾ ਜਨਮ ਹੋਇਆ ਸੀ ਉਦੋਂ ਇਸ ਬਾਲਕ ਨੇ ਕਿਹੜੀ ਆਵਾਜ਼ ਮੂੰਹ ਵਿੱਚੋਂ ਕੱਢੀ ਸੀ? ਤੇ ਦੌਲਤਾਂ ਦਾਈ ਕਹਿੰਦੀ, ਪੰਡਿਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕਾਂ ਨੇ ਜਨਮ ਲਿਆ, ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅਜੇ ਤੱਕ ਹੋਰ ਕੋਈ ਨਹੀਂ ਵੇਖਿਆ। ਹੋਰ ਬਾਲਕ ਤਾਂ ਜਨਮ ਸਮੇਂ ਰੋਂਦੇ ਨੇ, ਪਰ ਇਹ ਹੱਸ ਰਿਹਾ ਸੀ। ਘਰ ਵਿੱਚ ਇਉਂ ਲੱਗ ਰਿਹਾ ਸੀ ਵੀ ਜਿਵੇਂ ਸਾਰੇ ਚਾਨਣਾ ਹੀ ਚਾਨਣਾ ਹੋ ਗਿਆ ਹੋਵੇ। ਦੌਲਤਾਂ ਦਾਈ ਦੀਆਂ ਗੱਲਾਂ ਸੁਣੀਆਂ ਤੇ ਪੰਡਿਤ ਹਰਦਿਆਲ ਨੇ ਅਨੁਭਵ ਕੀਤਾ ਵੀ ਇਹ ਕੋਈ ਆਮ ਬਾਲਕ ਨਹੀਂ, ਇਹ ਕੋਈ ਅਵਤਾਰ ਪੈਦਾ ਹੋਇਆ, ਦਰਸ਼ਨ ਕਰਨੇ ਚਾਹੀਦੇ ਨੇ। ਉਹਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਕਾਲੂ ਜੀ ਇਹ ਬਾਲਕ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਬਣੇਗਾ ਜਾਂ ਕੋਈ ਹੋਰ ਵੱਡਾ ਮਹਾਂਪੁਰਸ਼ ਜਿਸ ਦੇ ਸਿਰ ਉੱਤੇ ਛਤਰ ਝੁਲੇਗਾ। ਪੰਡਿਤ ਜੀ ਦੀ ਇਹ ਗੱਲ ਸੁਣੀ ਕਾਲੂ ਜੀ ਨੇ ਦੌਲਤਾਂ ਦਾਈ ਨੂੰ ਆਖਿਆ ਕਿ ਬਾਲਕ ਨੂੰ ਬਾਹਰ ਲੈ ਆਓ, ਪੰਡਿਤ ਜੀ ਵੇਖਣਾ ਚਾਹੁੰਦੇ ਨੇ। ਜਦੋਂ ਬਾਹਰ ਲਿਆਂਦਾ ਤਾਂ ਪੰਡਿਤ ਹਰਦਿਆਲ ਜੀ ਨੇ ਬਾਲਕ ਦੇ ਸ਼ੁਭ ਲੱਛਣ ਵਿਚਾਰ ਕੇ ਅੱਗੋਂ ਉੱਠ ਕੇ ਸਤਿਕਾਰ ਤੇ ਨਮਸਕਾਰ ਕਰਕੇ ਉਸਦੇ ਚਿਹਨ ਚੱਕਰ ਤੇ ਰੇਖਾ ਵੇਖੀਆਂ, ਵੇਖ ਕੇ ਆਖਿਆ ਕਿ ਮਹਿਤਾ ਜੀ ਇਹ ਤੁਹਾਡਾ ਪੁੱਤਰ ਬੜੇ ਭਾਗਾਂ ਵਾਲਾ ਹੈ, ਸਾਰੇ ਲੱਛਣ ਸ਼ੁਭ ਪ੍ਰਤੀਤ ਹੁੰਦੇ ਨੇ ਤੇ ਇਸ ਦਾ ਨਾਮ ਹੈ ਚੰਗੀ ਤਰ੍ਹਾਂ ਸੋਚ ਕੇ ਜੋਤਿਸ਼ ਅਨੁਸਾਰ 13ਵੇਂ ਦਿਨ ਰੱਖਾਂਗਾ। ਜਦੋਂ 13 ਦਿਨ ਲੰਘੇ ਤਾਂ ਪੰਡਿਤ ਹਰਦਿਆਲ ਜੀ ਨੇ ਕਾਲੂ ਜੀ ਨੂੰ ਦੱਸਿਆ ਕਿ ਮਹਿਤਾ ਜੀ ਇਸ ਬਾਲਕ ਦਾ ਨਾਮ ਨਾਨਕ ਨਿਕਲਿਆ। ਜਦ ਹਰਦਿਆਲ ਨੇ ਇਹ ਨਾਮ ਦੱਸਿਆ ਤਾਂ ਮਹਿਤਾ ਜੀ ਕਹਿੰਦੇ ਕਿ ਪੰਡਿਤ ਜੀ ਤੁਹਾਨੂੰ ਬਾਲਕ ਦਾ ਇਹ ਨਾਮ ਨਹੀਂ ਸੀ ਰੱਖਣਾ ਚਾਹੀਦਾ, ਇਹ ਨਾਮ ਹਿੰਦੂ ਮੁਸਲਮਾਨਾਂ ਦਾ ਰਲਵਾਂ ਮਿਲਵਾਂ, ਕੋਈ ਹੋਰ ਨਾਮ ਰੱਖੋ। ਤਾਂ ਗੁਰੂ ਪਿਆਰਿਓ ਪੰਡਿਤ ਹਰਦਿਆਲ ਕਹਿੰਦਾ ਕਿ ਮਹਿਤਾ ਜੀ ਇਹ ਤਾਂ ਐਸਾ ਬਾਲਕ ਹੈ, ਇਸ ਬਾਲਕ ਨੂੰ ਹਿੰਦੂ ਮੁਸਲਮਾਨ ਦੋਵੇਂ ਨਮਸਕਾਰਾਂ ਕਰਨਗੇ, ਜਿਹੜਾ ਇਹਦੇ ਚਰਨਾਂ ਨਾਲ ਜੁੜ ਜਾਏਗਾ ਉਹ ਭਵ ਸਾਗਰ ਤੋਂ ਪਾਰ ਤਰ ਜਾਏਗਾ, ਇਹ ਬੇਅੰਤ ਜੀਵਾਂ ਦਾ ਉਧਾਰ ਕਰੇਗਾ,
संसार विच प्रगट होवेगा। पंडित जी दियां गल्लां सुनियां बड़े खुश होए मेहता कालू। घरों आटा गुड़ कपड़ा नकद भेटा दे के विदा कीता। ते गुरु प्यारे जो हौली हौली ओ मेरे गुरु नानक पातशाह जिथे उन्हों का अवतार जन्म होया सी ना, जिस धरती दी धूड़ी नूं उतों दी मिट्टी नूं हर एक सिख लोचदा भी मैं लैके मत्थे ते लावां। जदों 5 साल दे होए जदों वो बच्चियां नाल खेडदे हर एक इस्त्री पुरश नूं बड़े सोहने लगदे। हर एक दा मन करना भी मैं नानक जी नूं चुक लवां गोदी। जदों 5 साल दे होए घर विच्चों जेड़ी चीज बाहर खेडण वास्ते लै जांदे ना गुरु प्यारिओ वो अपने साथियां नूं दे देंदे। कई बार रोटी कपड़ा पैसे लै जाने वो फकीरां गरीबां नूं वंड देने। ते एक दिन मेहता कालू जी ने पंडित हरदयाल नूं आख्या कि तुसीं चंगा बादशाही छत्र इस दे सिर ते झुलाया, ਇਹ ਤਾਂ ਜਿਹੜੀਆਂ ਘਰ ਦੀਆਂ ਚੀਜ਼ਾਂ ਨੇ ਉਹ ਵੀ ਬਾਹਰ ਲੋਕਾਂ ਨੂੰ ਲੁਟਾ ਆਉਂਦਾ। ਤਾਂ ਗੁਰੂ ਪਿਆਰਿਓ ਜਿਹੜੀ ਚੀਜ਼ ਘਰੋਂ ਲੈ ਜਾਂਦੇ ਉਹ ਗਰੀਬਾਂ ਨੂੰ ਦੇ ਆਉਂਦੇ। ਇੱਕ ਦਿਨ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁੱਟ ਕੇ ਦਿੱਤੀ ਇੱਕ ਗਰੀਬ ਨੂੰ ਬਾਹਰ ਦੇ ਆਏ। ਤਾਂ ਮਾਤਾ ਤ੍ਰਿਪਤਾ ਕਹਿੰਦੀ ਕਿ ਪੁੱਤਰ ਨਾਨਕ ਉਹ ਚੂਰੀ ਵਾਲੀ ਕੌਲੀ ਕਿੱਥੇ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕੁਝ ਨਾ ਬੋਲੀ। ਮਾਤਾ ਤ੍ਰਿਪਤਾ ਜੀ ਨੇ ਹੱਥ ਵਿੱਚ ਸੋਟੀ ਫੜੀ ਡਰਾਉਣ ਲੱਗੀ ਬਈ ਸੱਚ ਦੱਸ ਨਾਨਕ, ਨਹੀਂ ਤਾਂ ਮੈਂ ਤੈਨੂੰ ਇਸ ਸੋਟੀ ਨਾਲ ਬਹੁਤ ਮਾਰਾਂਗੀ। ਅੱਖਾਂ ਨੀਵੀਆਂ ਪਾ ਲਈਆਂ ਤੇ ਰੋਣ ਲੱਗ ਪਏ, ਅਥਰੂ ਕੇਰਨ ਲੱਗ ਪਏ। ਇਹਨੇ ਚਿਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਾਚਾ ਲਾਲੂ ਆ ਗਿਆ, ਮਾਤਾ ਜੀ ਤੋਂ ਛੁਡਵਾ ਦਿੱਤਾ। ਮਾਤਾ ਜੀ ਨੇ ਫਿਰ ਗੁੱਸੇ ਨਾਲ ਆਖਿਆ ਬਈ ਅੱਜ ਤਾਂ ਨਾਨਕ ਤੈਨੂੰ ਇਹਨਾਂ ਦੇ ਆਖੇ ਮੈਂ ਛੱਡ ਦੇਣੀ ਹੈ, ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਫਿਰ ਨਹੀਂ ਮੈਂ ਤੈਨੂੰ ਛੱਡਣਾ। ਡਰਾ ਧਮਕਾ ਤਾਂ ਦਿੱਤਾ ਪਰ ਮਾਂ ਸੀ ਨਾ, ਮਾਤਾ ਤ੍ਰਿਪਤਾ ਦੇ ਮਨ ਅੰਦਰ ਮੋਹ ਆ ਗਿਆ। ਆਪਣੇ ਆਪ ਨੂੰ ਕਹਿੰਦੀ ਵੀ ਤ੍ਰਿਪਤਾ ਤੂੰ ਕਿਉਂ ਆਪਣੇ ਬਾਲਕ ਨੂੰ ਕਿਉਂ ਆਪਣੇ ਨਾਨਕ ਨੂੰ ਝਿੜਕਿਆ? ਇੱਕੋ ਤਾਂ ਤੇਰਾ ਪੁੱਤਰ ਹੈ, ਗੋਦੀ ਵਿੱਚ ਫੜ ਕੇ ਬਿਠਾ ਕੇ ਬਹੁਤ ਪਿਆਰ ਕੀਤਾ। ਤੇ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਮੂੰਹ ਪੂੰਝ ਰਹੇ ਨੇ, ਪਿਆਰ ਨਾਲ ਘੁੱਟ ਘੁੱਟ ਕੇ ਗਲ ਨਾਲ ਲਾ ਰਹੇ ਨੇ, ਪਛਤਾ ਰਹੇ ਨੇ ਵੀ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਕਿਉਂ ਝਿੜਕਿਆ, ਆਪੇ ਵੱਡਾ ਹੋ ਕੇ ਸਮਝ ਜਾਏਗਾ। ਬੱਚੇ ਹਾਨ ਲਾਭ ਦਾ ਇਹਨਾਂ ਨੂੰ ਕੋਈ ਪਤਾ ਨਹੀਂ, ਇਹ ਤਾਂ ਆਪਣੇ ਸੁਭਾਅ ਅਨੁਸਾਰ ਕੰਮ ਕਰਦੇ ਨੇ, ਇਹਦਾ ਕੀ ਦੋਸ਼ ਹੈ? ਜਦੋਂ ਪਿਆਰ ਕੀਤਾ ਤੇ ਗੁਰੂ ਨਾਨਕ ਗੋਦ ਵਿੱਚੋਂ ਉੱਠੇ ਫਿਰ ਬੱਚਿਆਂ ਨਾਲ ਖੇਡਣ ਲੱਗ ਪਏ। ਤੇ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੇਖੀਆਂ, ਫਿਰ ਆਖਿਆ ਕਿ ਪੰਡਿਤ ਜੀ ਤੁਸੀਂ ਚੰਗਾ ਜੋਤਿਸ਼ ਲਾਇਆ, ਤੁਹਾਡਾ ਤਾਂ ਆਖਿਆ ਹੋਇਆ ਕੁਝ ਵੀ ਸੱਚ ਨਹੀਂ ਹੋ ਰਿਹਾ, ਇਹਨੇ ਘਰ ਵਸਾਉਣਾ ਕੀ ਹੈ? ਇਹ ਤਾਂ ਘਰ ਉਜਾੜੂ ਪੈਦਾ ਹੋਇਆ, ਜਿਹੜੀ ਚੀਜ਼ ਘਰੋਂ ਲੈ ਜਾਂਦਾ ਬਾਹਰ ਜਾ ਕੇ ਗਵਾ ਆਉਂਦਾ, ਜੇ ਪੁੱਛੀਏ ਤਾਂ ਚੁੱਪ ਕਰ ਰਹਿੰਦਾ, ਦੱਸਦਾ ਤੇ ਬੋਲਦਾ ਕੁਝ ਨਹੀਂ। ਤੂੰ ਚੰਗੀ ਗਿਣਤੀ ਮਿਣਤੀ ਗਿਣ ਕੇ ਪੱਤਰੀ ਲਿਖੀ ਹੈ, ਮੈਨੂੰ ਇਉਂ ਲੱਗਦਾ ਵੀ ਤੂੰ ਮੈਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਝੂਠ ਮੂਠ ਬੋਲੇ। ਉਲਾਭਾ ਸੁਣਿਆ ਪੰਡਿਤ ਹਰਦਿਆਲ ਕਹਿੰਦਾ ਕਿ ਮਹਿਤਾ ਜੀ ਜਿਹੜਾ ਮੈਂ ਪਹਿਲਾ ਲੱਛਣ ਇਸ ਤੁਹਾਡੇ ਬਾਲਕ ਵਿੱਚ ਨਾਨਕ ਵਿੱਚ ਵੇਖਿਆ ਉਹ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ
ਕਿ ਕਿਤੇ ਤੁਹਾਡੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ। ਉਹ ਇਹ ਹੈ ਕਿ ਜਿੰਨੇ ਵੀ ਇਸ ਦੇ ਸੰਬੰਧੀ ਹੋਣਗੇ, ਰਿਸ਼ਤੇਦਾਰ ਹੋਣਗੇ, ਉਹ ਇਸ ਦੀ ਮਹਿਮਾ ਨੂੰ, ਵਡਿਆਈ ਨੂੰ ਜਾਣ ਨਹੀਂ ਸਕਣਗੇ। ਹੋਰ ਲੋਕ ਇਸ ਦਾ ਲਾਭ ਉਠਾਉਣਗੇ। ਜਦੋਂ ਇਹ ਬਾਲਕ ਜਵਾਨ ਹੋਵੇਗਾ ਨਾ, ਇਹਦਾ ਤੇਜ ਪ੍ਰਤਾਪ ਵਧੇਗਾ, ਇਸ ਨੂੰ ਸਾਰੇ ਪੀਰ ਫਕੀਰ ਮੰਨਣਗੇ। ਉਹ ਪੁਰਸ਼ ਧੰਤਾ ਦੇ ਯੋਗ ਹੋਣਗੇ ਜਿਹੜੇ ਇਸ ਨੂੰ ਮਨ ਕਰਕੇ ਮੰਨਣਗੇ। ਮਹਿਤਾ ਜੀ, ਤੁਸੀਂ ਧਨ ਦੀ ਪ੍ਰੀਤੀ ਨਾ ਕਰੋ, ਇਹ ਝੂਠੀ ਹੈ। ਤੇ ਗੁਰੂ ਪਿਆਰਿਓ, ਮਹਿਤਾ ਕਾਲੂ ਜੀ ਵਾਪਸ ਆ ਗਏ। ਉਹ ਗੁਰੂ ਨਾਨਕ, ਗੁਰੂ ਪਿਆਰਿਓ, ਐਸੇ ਮੇਰੇ ਨਾਨਕ ਜਿਨ੍ਹਾਂ ਦੀ ਪਵਿੱਤਰ ਜਨਮ ਭੂਮੀ ਨੂੰ, ਜਨਮ ਅਸਥਾਨ ਨੂੰ ਨਮਸਕਾਰ ਕਰਨ ਵਾਸਤੇ ਹਰ ਇੱਕ ਸਿੱਖ ਦਾ ਦਿਲ ਤੜਫਦਾ ਰਹਿੰਦਾ ਹੈ। ਤੇ ਅੱਜ ਉਹ ਨਨਕਾਣਾ ਸਾਹਿਬ ਸਿੱਖ ਤੋਂ ਦੂਰ ਹੋਇਆ ਪਿਆ। ਤਾਂਹੀਓ ਤਾਂ ਹਰ ਇੱਕ ਸਿੱਖ ਅਰਦਾਸ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦਾ। ਇੱਕ ਕਵੀ ਨੇ ਆਪਣੀ ਕਲਮ ਨਾਲ ਇਉਂ ਲਿਖਿਆ, ਉਹ ਕਹਿੰਦਾ ਹੈ ਵੀ ਜਿਹੜਾ ਗੁਰੂ ਦਾ ਪੱਕਾ ਸੇਵਕ ਹੈ ਨਾ, ਉਹਦੇ ਮਨ ਦੀ ਅਵਸਥਾ ਕੀ ਹੁੰਦੀ ਹੈ। ਉਹ ਆਖਦਾ ਵੀ ਗੁਰੂ ਨਾਲੋਂ ਸਿੱਖ ਨੂੰ ਜੇ ਵੱਖ ਕਰੀਏ, ਹੁੰਦਾ ਦਰਦ ਕਾਲਜੇ ਨੂੰ ਖੋ ਪੈਂਦੀ। ਗੁਰੂ ਨਾਲੋਂ ਜੇ ਸਿੱਖ ਨੂੰ ਵੱਖ ਕਰੀਏ, ਹੁੰਦਾ ਦਰਦ ਕਾਲਜੇ ਨੂੰ ਖੋ ਪੈਂਦੀ। ਏਦਾਂ ਹੀ ਗੁਰਾਂ ਦੇ ਵਿਛੜਨ ਤੇ ਦਿਲ ਦੁਖੀ ਹੁੰਦਾ ਤੇ ਅੱਖ ਰੋ ਪੈਂਦੀ। ਐਸੇ ਸਿੱਖ ਦੇ ਮਨ ਦੀ ਅਵਸਥਾ ਕਵੀ ਨੇ ਲਿਖੀ ਹੈ। ਤੇ ਗੁਰੂ ਪਿਆਰਿਓ, ਅੱਜ ਹਰ ਇੱਕ ਸਿੱਖ ਗੁਰੂ ਨਾਨਕ ਦੇ ਦਰਸ਼ਨਾਂ ਨੂੰ, ਉਹਨਾਂ ਦੇ ਪਵਿੱਤਰ ਜਨਮ ਅਸਥਾਨ ਦੀ ਧੂੜੀ ਨੂੰ ਲੋਚਦਾ, ਦਰਸ਼ਨ ਕਰਨੇ ਮੰਗਦਾ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਜਦੋਂ ਵੀ ਤੂਰ ਅੰਦਰੋਂ ਕਰਨਾ ਦੀਦਾਰ ਲੋਚਦੀ ਲੋਚਦੀ, ਕਰਨਾ ਦੀਦਾਰ ਲੋਚਦੀ। ਉਹਦੇ ਦਰ ਦਾ ਫਕੀਰ ਹੋ ਜਾਵਾਂ, ਜਿੰਦ ਮੇਰੀ ਇਹੋ ਲੋਚਦੀ ਲੋਚਦੀ, ਜਿੰਦ ਮੇਰੀ ਇਹੋ ਲੋਚਦੀ। ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਦੀਦਾਰ ਪਾਉਂਦੇ ਰੱਜ ਰੱਜ ਕੇ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਹੱਦਾਂ ਉੱਤੇ ਪੈਰੇ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਹੱਦਾਂ ਉੱਤੇ ਪੈਰੇ ਲੱਗ ਗਏ। ਤੇ ਗੁਰੂ ਪਿਆਰਿਓ, ਉਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਨ੍ਹਾਂ ਦਾ ਜਨਮ ਅਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਿਆ ਨਾ, ਹਰ ਇੱਕ ਸਿੱਖ ਦੇ ਮਨ ਦੀ ਤੜਪ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੀ, ਹਰ ਇੱਕ ਮਾਈ ਭਾਈ ਦੇ ਮਨ ਦੀ ਮੰਗ ਉਹਦੇ ਦਰਸ਼ਨ ਕਰਨ ਦੀ। ਤੇ ਉਹ ਗੁਰੂ ਨਾਨਕ ਪਾਤਸ਼ਾਹ ਜਦੋਂ ਛੋਟੀ ਅਵਸਥਾ ਵਿੱਚ ਸਨ ਨਾ, ਤਾਂ ਗੁਰੂ ਪਿਆਰਿਓ, ਇੱਕ ਦਿਨ ਮਾਤਾ ਤ੍ਰਿਪਤਾ ਜੀ ਨਾਨਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਗ ਉੱਤੇ ਸੁੱਤੇ ਪਏ ਸਨ। ਤਾਂ ਮਾਤਾ ਤ੍ਰਿਪਤਾ ਜੀ ਨੂੰ ਸਵਾ ਪਹਿਰ ਰਾਤ ਰਹਿੰਦੀ ਇੱਕ ਸੁਪਨਾ ਆਇਆ
माता जी ने वेख्या बई बड़े देवते कट्ठे हो के गुरु नानक पातशाह दे दर्शन करन आए ने, ते ओ देवते दर्शन करके बड़े प्रसन्न हो रहे ने, ते नानक जी उत्ते फुलां दी वर्खा कर रहे ने, ते गुरु नानक एक सुंदर हीरे माणक उच्चे सिंघासन उत्ते विराजमान ने, ओ सिंघासन जेड़ा हीरिया नाल जड़िया होया सी, देवते नमस्कारा कर रहे ने, उस्तुति कर रहे ने, ते गुरु प्यारे आख रहे ने कि हे नानक तुसी पापियां दा दंभियां दा दुष्टां दा नाश करन वास्ते जगत विच बेदी कुल विच प्रगट होए हो, ते गुरु प्यारे नमस्कारा करके चले गए। जदों माता तृप्ता जी ने एक कौतक वेख्या घबरा के उठे, ते गुरु नानक पातशाह दे शरीर ते सिर ते हाथ फेर के वेखन लगे कि नानक मेरे नाल ही सुता है कि जा सचमुच किसे सोने दे सिंघासन ते बैठा है। माता जी नूं गुरु नानक दे अंग अंग विचों चंदन अतर दी सुगंधी आउण लगी, भरम पै गया भी ये सुपना जी जां सचमुच सी। दिन चढ़ गए ते गुरु प्यारे भरम दूर करन वास्ते गुरु नानक पातशाह ने आखिया, माता मां मैनू भुख बड़ी लगी है, भुख भोजन दिओ। पुत्र दी ये भुख सुन के ते गुरु प्यारे प्यार नाल दही नाल रोटी लियांदी, ते ओ रात वाली गल भुल गए, रोटी खा के बालकां नाल खेडन तुर पए। ते गुरु प्यारे जदों गुरु नानक पातशाह दौड़दे भजदे आप जी दे पैरां दियां घुंघरियां लक दी तड़ागी दे बोर छन छन करके बड़ी शोभा देंदे, जदों पातशाह खेड के घर आउंदे दूजे बालक भी आ जांदे, ते गुरु प्यारियो माता जी वेख के बड़े प्रसन्न होंदे। ओ गुरु नानक जिन्हां दे दर्शनां नूं हर कोई लोचदा है, उन्हां दी पवित्र जन्म भूमि नूं जन्म अस्थान दे दर्शन करने चाहुंदा है, पर अज ऐसे हद्दां उत्ते अज ऐसे बार्डर उत्ते पहरे लगे ने, हर एक गुरु दा प्यारा दर्शन नहीं कर सकदा। ते गुरु प्यारियो ओ गुरु नानक एक दिन बच्चियां नाल एक किताब पढ़ रहे सन, वैसे ही कागजां दी, ते मैता कालू जी कहंदे भी नानक एक ही करदा है, कहंदा मैं बच्चियां नूं गीता दे अर्थ सुना रहे। मैता कालू जी कहंदे मैनू भी सुना, ते गुरु प्यारियो मैता कालू जी नूं गुरु नानक पातशाह ने 5 साल दी उम्र गीता पढ़ के उहदे अर्थ सुनाए, ते मैता कालू जी बड़े खुश होए। सारिआं धर्मां दा सत्कार करन वाले ओ नानक जिन्हां दी जन्म भूमि नूं हर कोई लोचदा। दिल करे नन काने मेरा जान नूं, हद्दां उत्ते पैरे लग गए दिल करे नन काने मेरा जान नूं, हद्दां उत्ते पैरे लग गए दिल करे नन काने मेरा जान नूं, हद्दां उत्ते पैरे लग गए दिल करे नन काने मेरा जान नूं, हद्दां उत्ते पैरे लग गए दिल करे नन काने मेरा जान नूं, हद्दां उत्ते पैरे लग गए